ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੇ ਸਮੂਹ ਚੈਨਲਾਂ ਦਾ ਧੰਨਵਾਦ ਇਸ ਕਰਕੇ ਕਿ ਅੱਜ ਇੱਕ ਬੜਾ ਇਤਿਹਾਸਿਕ ਮੌਕਾ ਜਿਸ ਨੂੰ ਤੁਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ। ਕੈਨੇਡਾ ਦੇ ਗਦਰੀ ਯੋਧੇ 18 ਉਹ ਗਦਰੀ ਯੋਧੇ ਜਿਨ੍ਹਾਂ ਦੀ ਬੜੀ ਵੱਡੀ ਦੇਣ ਰਹੀ ਹੈ, ਜਿਨ੍ਹਾਂ ਨੇ ਸਿੱਖ ਸਿਧਾਂਤ 'ਤੇ ਪਹਿਰਾ ਦਿੱਤਾ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਸ਼ਹੀਦੀਆਂ ਪਾਈਆਂ, ਨਾਲੋਂ ਨਾਲ ਮੁਲਕ ਦੀ ਆਜ਼ਾਦੀ ਦੇ ਵਿੱਚ ਰੋਲ ਨਿਭਾਇਆ। ਆਜ਼ਾਦੀ ਲਈ ਵੀ ਕੇਵਲ ਇੱਕ ਦੇਸ਼ ਦੇ ਖਿੱਤੇ ਜਾਂ ਇੱਕ ਟੁਕੜੇ ਲਈ ਨਹੀਂ, ਬਲਕਿ ਸਰਬੱਤ ਦੇ ਵਾਸਤੇ ਕਿ ਜਿੱਥੇ ਵੀ ਜ਼ੁਲਮ ਹੋਵੇ ਉਸ ਦੇ ਖਿਲਾਫ਼ ਸਿੱਖ ਲੜਦਾ। ਉਹਨਾਂ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀਆਂ। ਕੈਨੇਡਾ ਤੋਂ ਆਈਆਂ ਸਿੱਖ ਸੰਗਤਾਂ, ਗੁਰਦੁਆਰਾ ਸਿੰਘ ਸਭਾ ਸਰੀ ਅਤੇ ਇਸ ਦੇ ਨਾਲ ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ, ਉਹਨਾਂ ਨੇ ਇਹ ਯਤਨ ਕੀਤਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਨ੍ਹਾਂ ਨੇ ਇਹ ਮੰਚ ਮੁਹੱਈਆ ਕੀਤਾ, ਸਮੂਹ ਪ੍ਰਬੰਧਕੀ ਕਮੇਟੀ ਦੇ ਨਾਲ ਨਾਲ ਸਹਿਯੋਗੀਆਂ ਦੇ ਵਿੱਚ ਵੀਰ ਲਖਵਿੰਦਰ ਸਿੰਘ ਜੀ ਕਾਨੇਕੇ ਅਤੇ ਸਮੂਹ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੇ ਬੜਾ ਭਰਪੂਰ ਸਹਿਯੋਗ ਦਿੱਤਾ। ਇਹ ਗਦਰੀ ਯੋਧਿਆਂ ਦੀਆਂ ਤਸਵੀਰਾਂ ਲਾਉਣਾ ਸਾਡੇ ਲਈ ਜਿੱਥੇ ਮਾਣ ਵਾਲੀ ਗੱਲ ਹੈ, ਉੱਥੇ ਇਹ ਵੀ ਹੈ ਕਿ 105 ਸਾਲ ਪਹਿਲਾਂ ਅੱਜ ਦੇ ਦਿਨ 11 ਜਨਵਰੀ 1915 ਨੂੰ ਮੇਵਾ ਸਿੰਘ ਜੀ ਸ਼ਹੀਦ ਹੋਏ ਸਨ। ਮੇਵਾ ਸਿੰਘ ਲੋਪੋਕੇ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸ਼ਹੀਦੀ ਪਾਈ, ਫਾਂਸੀ ਦਾ ਰੱਸਾ ਚੁੰਮਿਆ, ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭਾਈ ਭਾਗ ਸਿੰਘ ਜੀ, ਭਾਈ ਬਤਨ ਸਿੰਘ ਜੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਹਥਿਆਰ ਚੁੱਕਿਆ ਜ਼ੁਲਮ ਦੇ ਖਾਤਮੇ ਲਈ। ਜੇ ਉਹ ਕੁਰਬਾਨ ਨਾ ਹੁੰਦੇ ਤਾਂ ਅੱਜ ਕੈਨੇਡਾ ਦਾ ਇਤਿਹਾਸ ਕੁਝ ਹੋਰ ਹੁੰਦਾ। ਇਸੇ ਤਰ੍ਹਾਂ ਭਾਈ ਭਾਗ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ, ਜਿਹੜੇ ਮਹਾਨ ਲੋਕ ਸਨ, ਇਹਨਾਂ ਦੀ ਬੜੀ ਵੱਡੀ ਦੇਣ ਹੈ। ਬਾਬਰ ਅਕਾਲੀ ਲਹਿਰ ਦੇ ਯੋਧੇ ਕਰਮ ਸਿੰਘ ਦੌਲਤਪੁਰ, ਕਿੱਡੀ ਵੱਡੀ ਗੱਲ ਹੈ ਕਿ ਅੱਜ ਪਹਿਲੀ ਵਾਰ ਐਸੇ ਮਹਾਨ ਯੋਧੇ ਦੀ ਤਸਵੀਰ ਲੱਗੀ ਹੈ। ਬਾਬਾ ਸੋਹਣ ਸਿੰਘ ਭਕਣਾ ਗਦਰ ਪਾਰਟੀ ਦੇ ਜਿਹੜੇ ਬਾਨੀ, ਉਹਨਾਂ ਦੀ ਤਸਵੀਰ ਲਾਈ ਗਈ ਹੈ। ਹੁਣ ਕਈ ਸਵਾਲ ਇਹ ਕਰਦੇ ਸਨ ਕਿ ਗਦਰ ਲਹਿਰ ਦੇ ਲੋਕ ਸਿੱਖੀ ਤੋਂ ਪ੍ਰੇਰਿਤ ਨਹੀਂ ਸਨ। ਇਸ ਗੱਲ ਨੂੰ ਮੇਰੀ ਰਾਮ ਕਹਾਣੀ ਦੇ ਵਿੱਚ ਬਾਬਾ ਸੋਹਣ ਸਿੰਘ ਭਕਣਾ ਨੇ ਰੱਦ ਕੀਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਿੱਖੀ ਰੋਮ ਰੋਮ 'ਚ ਵਸੀ ਸੀ, ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਬਾਹਰਲੇ ਫਲਸਫਿਆਂ ਨੇ ਪ੍ਰਭਾਵਿਤ ਕੀਤਾ। ਭਾਈ ਭਾਗ ਸਿੰਘ ਜੀ, ਭਾਈ ਮੇਵਾ ਸਿੰਘ ਜੀ, ਇਹ ਸਾਰੇ ਤਾਂ ਅੰਮ੍ਰਿਤਧਾਰੀ ਗੁਰਸਿੱਖ ਸਨ। ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਇਹ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਨ। ਇਹਨਾਂ ਮਹਾਨ ਯੋਧਿਆਂ ਦੇ ਬਾਰੇ ਕੋਈ ਸ਼ੰਕਾ ਹੈ? ਬੜੀ ਵੱਡੀ ਇਹਨਾਂ ਦੀ ਕੁਰਬਾਨੀ ਸੀ ਅਤੇ ਸਿੱਖੀ ਤੋਂ ਪ੍ਰੇਰਨਾ ਸੀ। ਸੋ ਅਸੀਂ ਆਪਣੇ ਇਹਨਾਂ ਯੋਧਿਆਂ ਨੂੰ ਜੇ ਅੱਜ ਸੰਭਾਲਿਆ, ਸਤਿਕਾਰ ਕੀਤਾ, ਐਡਾ ਵੱਡਾ ਕਦਮ ਚੁੱਕਿਆ, ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੀਆਂ ਪੀੜ੍ਹੀਆਂ ਲਈ। ਅਤੇ ਇੱਕ ਵਾਰ ਫਿਰ ਅਸੀਂ ਉਹਨਾਂ ਸਮੂਹ ਪ੍ਰਬੰਧਕਾਂ ਨੂੰ, ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਨੇਪਰੇ ਚਾੜਨ ਲਈ ਬੜਾ ਸਹਿਯੋਗ ਦਿੱਤਾ, ਇਹ ਬਹੁਤ ਵਧੀਆ ਗੱਲ ਹੈ। ਦੇਖੋ, ਜਦੋਂ ਕਿਤੇ ਕਿਸੇ ਕਿਸਮ ਦੀ ਆਲੋਚਨਾ ਜਾਂ ਪ੍ਰਸ਼ੰਸਾ ਹੁੰਦੀ ਹੈ, ਉਸ ਦਾ ਆਧਾਰ ਸਿਧਾਂਤ ਹੋਣਾ ਚਾਹੀਦਾ। ਸਿਧਾਂਤ ਦੇ ਅਨੁਸਾਰ ਕੀਤੇ ਗਏ ਚੰਗੇ ਕਰਮਾਂ ਦੀ ਪ੍ਰਸ਼ੰਸਾ ਕਰਨੀ, ਇਹ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ। ਅੱਜ ਕੈਨੇਡਾ ਦੀਆਂ ਸਮੂਹ ਜਥੇਬੰਦੀਆਂ ਦੀ ਸੰਗਤ ਇੱਥੇ ਮੌਜੂਦ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਉੱਦਮ ਨੂੰ, ਕਿਉਂਕਿ ਜੇ ਅਸੀਂ ਸੁਪਨੇ ਜਿੰਨੇ ਮਰਜ਼ੀ ਲਈਏ ਸਾਕਾਰ ਨਹੀਂ ਹੋ ਸਕਦੇ ਜਦੋਂ ਤੱਕ ਇਹ ਪ੍ਰੈਕਟੀਕਲ ਇਸ ਲਈ ਮਤਾ ਨਾ ਪਾਉਂਦੇ। ਸੋ ਇਹ ਮਤਾ ਪਾਇਆ ਗਿਆ, ਇਹ ਮਤਾ 18 ਤਸਵੀਰਾਂ ਦੇ ਵਾਸਤੇ ਪਾਉਣਾ, ਇਹ ਬੜਾ ਵੱਡਾ ਇਤਿਹਾਸ ਹੈ। ਸੋ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਚੀਜ਼ ਸੀ ਜੋ ਹੋਈ ਹੈ। ਸੋ ਇਹ ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਹੋਈਆਂ ਗੁਰਸਾਖੀਆਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹੋ ਜਿਹਾ ਉੱਦਮ ਕੀਤਾ ਗਿਆ, ਇਹ ਉੱਦਮ ਕਾਹਦੇ ਵਾਸਤੇ ਨੇ? ਇਹ ਉੱਦਮ ਸਾਡੀ ਸੰਗਤ, ਸਾਡੀ ਜਨਰੇਸ਼ਨ ਵਾਸਤੇ ਨੇ। ਹੁਣ ਅਸੀਂ ਆਉਂਦੇ ਹਾਂ ਦਰਬਾਰ ਸਾਹਿਬ, ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਗੁਰੂ ਨਾਨਕ ਕੇਂਦਰੀ ਸਿੱਖ ਅਜਾਇਬ ਘਰ, ਜਿਹੜਾ ਕਿ ਸਾਡੀ ਹੈਰੀਟੇਜ ਹੈ, ਸਾਡਾ ਵਿਰਾਸਤ ਹੈ ਦੁਨੀਆ ਭਰ ਦੇ ਵਿੱਚ, ਅਸੀਂ ਗੁਰੂ ਰਾਮਦਾਸ ਸਾਹਿਬ ਦੇ ਉਸ ਪਾਵਨ ਅਸਥਾਨ 'ਤੇ ਸ੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਆਉਂਦੇ ਹਾਂ, ਅਤੇ ਸਾਨੂੰ ਰਿਸਰਚ ਸੈਂਟਰ ਦੇ ਵਿੱਚ, ਇਸ ਅਜਾਇਬ ਘਰ ਦੇ ਵਿੱਚ ਜਾਣਾ ਚਾਹੀਦਾ। ਸਾਨੂੰ ਪਤਾ ਹੋਵੇ ਕਿ ਇਹ ਉੱਦਮ ਕਿੰਨੇ ਯਤਨਾਂ ਤੋਂ ਬਾਅਦ ਹੋਇਆ, ਕਿੰਨੇ ਵਰ੍ਹੇ ਲੱਗੇ,
ਇੱਕ ਸਦੀ ਤੋਂ ਵੱਧ ਦਾ ਸਮਾਂ ਹੋਇਆ। ਸੋ ਅਸੀਂ ਸਾਰੇ ਜਾਈਏ, ਸੋ ਇਹ ਪ੍ਰਣ ਕਰੀਏ ਕਿ ਇਸ ਅਜਾਇਬ ਘਰ ਦੇ ਵਿੱਚ ਜਾ ਕੇ ਅਸੀਂ ਇਹਨਾਂ ਤਸਵੀਰਾਂ ਦੇ ਥੱਲੇ ਇਤਿਹਾਸ ਵੀ ਪੜ੍ਹੀਏ, ਆਪਣੀਆਂ ਪੀੜ੍ਹੀਆਂ ਨੂੰ ਵੀ ਦੱਸੀਏ, ਤਾਂ ਕਿ ਮਾਵਾਂ ਦੀਆਂ ਕੁੱਖਾਂ ਦੇ ਵਿੱਚੋਂ ਭਾਈ ਭਾਗ ਸਿੰਘ ਮੁੜ ਜਨਮਣ, ਭਾਈ ਬਲਵੰਤ ਸਿੰਘ ਖੁਰਦਪੁਰ ਫਿਰ ਪੈਦਾ ਹੋਣ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਉਹਦੇ ਲਈ ਸਾਨੂੰ ਜ਼ਮੀਨ ਤਿਆਰ ਕਰਨੀ ਹੋਏਗੀ। ਜਿਸ ਤਰ੍ਹਾਂ ਕਿ ਸ਼ਬਦ ਨੇ ਕਿ ਸ਼ਮਾ ਹੱਕ ਸੇ ਜੋ ਮੁਨੱਵਰ ਹੋ, ਵੋ ਜੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਨ ਕਾਬਿਲ ਨਾ ਥੀ। ਸੋ ਅੱਜ ਜ਼ਮੀਨ ਨੂੰ ਕਾਬਿਲ ਬਣਾਉਣਾ ਪਏਗਾ। ਇਹੀ ਬੇਨਤੀ ਹੈ ਆਪ ਸਾਰਿਆਂ ਨੂੰ ਸਤਿਕਾਰ ਨਾਲ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ।